ਕਿਉਂਕਿ 23 ਮਾਰਚ ਹੋਲੀ ਹਾਂਜੀ ਪਰਲੇ ਪਾਸੇ ਨੂੰ ਕਰਨਾ ਕਿੱਦਾਂ ਹੋਊਗਾ ਕਰੀਏ ਬਹੁਤ ਮਿਹਰਬਾਨੀ ਪਰਮਾਤਮਾ ਤੁਹਾਡੇ ਬੱਚਿਆਂ ਨੂੰ ਲੰਬੀ ਉਮਰਾਂ ਦਾ ਕੋਈ ਬਹੁਤ ਬਹੁਤ ਮਿਹਰਬਾਨੀ ਬਹੁਤ ਨਹੀਂ ਨਹੀਂ ਕੋਈ ਗੱਲ ਨਹੀਂ ਹੈ ਤੁਸੀਂ ਪਿਆਰ ਕਰਦੇ ਹੋ ਇਸੇ ਕਰਕੇ ਇੱਥੇ ਖੜੇ ਹੋ ਸਾਡੇ ਮਾਣ ਵਾਲੀ ਗੱਲ ਇਹ ਹੈ ਮੈਂ ਕਿਹਾ ਸਰਪੰਚ ਸਾਹਿਬ ਦਾ ਨਾਂ ਕਹਿੰਦੇ ਨਾ ਬਈ ਸਰਪੰਚ ਸਾਹਿਬ ਨੇ ਆਪੇ ਕਹਿ ਦਿੱਤਾ ਵੀ ਸਾਰੇ ਹੀ ਪੰਚਾਇਤ ਦੇ ਵਿੱਚ ਹੀ ਆਉਂਦੇ ਆ ਕਹਿੰਦਾ ਮੈਨੂੰ ਇਹਨਾਂ ਨੇ ਬਣਾਇਆ ਇਸ ਕਰਕੇ ਇਹਨਾਂ ਦੇ ਮਾਣ ਸੋ ਸਰਪੰਚ ਸਾਹਿਬ ਦਾ ਵੀ ਕੋਟਰ ਕੋਟ ਧੰਨਵਾਦ ਚਾਹੇ ਉਹ ਸਾਬਕਾ ਸਰਪੰਚ ਹੈ ਤੇ ਚਾਹੇ ਮੌਜੂਦਾ ਸਰਪੰਚ ਹੈ ਸਭ ਤੋਂ ਵੱਡੀ ਪ੍ਰਾਪਤੀ ਇਹ ਹੁੰਦੀ ਆ ਜਦੋਂ ਸਾਬਕਾ ਸਰਪੰਚ ਵਿੱਚ ਬੈਠਾ ਹੁੰਦਾ ਮਾਣ ਹੁੰਦਾ ਵੀ ਆ ਸਾਰੇ ਪਿੰਡ ਇੱਕ ਨੇ ਇਸ ਕਰਕੇ ਤੁਹਾਡੇ ਇੱਕੇ ਨੂੰ ਸਲਾਮ ਹੈ ਪਰਮਾਤਮਾ ਤੁਹਾਨੂੰ ਚੜ੍ਹਦੇ ਕਲਾ ਰੱਖੇ ਹਾਂਜੀ ਬਾਬਿਓ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਨੂੰ ਯਾਦ ਕਰਦੇ ਕਿਉਂਕਿ ਉਹਨਾਂ ਸ਼ਹੀਦਾਂ ਦੀ ਬਦੌਲਤ ਆਪਾਂ ਖੁਸ਼ੀਆਂ ਮਾਣ ਰਹੇ ਇੱਕ ਇਸ ਮੈਂ ਇਲਾਕੇ ਦੀ ਗੱਲ ਕਰਨ ਲੱਗੇ ਹਾਂ ਜਦੋਂ ਮੈਂ ਪਹਿਲਾਂ ਕਲਾਕਾਰਾਂ ਨੂੰ ਮਿਲਣਾ ਉਹਨਾਂ ਨੇ ਪਤਾ ਕੀ ਕਹਿਣਾ ਜਦੋਂ ਬਾਈ ਇੱਧਰ ਇਲਾਕੇ 'ਚ ਜਾਣਾ ਨਾ ਮਾਝੇ ਵਾਲੇ 'ਚ ਉੱਧਰ ਲੋਕ ਗਰਮ ਗੀਤ ਸੁਣਦੇ ਆ ਅੱਜ ਮੈਂ ਉਹਨਾਂ ਨੂੰ ਲਿਆ ਕੇ ਦਿਖਾਵਾਂ ਵੀ ਦੇਖੋ ਜਿਹੋ ਜਿਹਾ ਸੁਣਾਓਗੇ ਉਹੋ ਜਿਹਾ ਸੁਣਨਗੇ ਜਾਂ ਤੁਹਾਡੇ ਪੱਲੇ ਹੀ ਗਰਮ ਗੀਤ ਨੇ ਤਾਂ ਲੋਕ ਠੰਡੇ ਕਿੱਥੋਂ ਸੁਣਨਗੇ ਇਸ ਕਰਕੇ ਜੇ ਚੰਗਾ ਸੁਣਾਵਾਂਗੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡਾ ਤਾਂ ਰੌਲਾ ਪਾਉਣ ਦਾ ਹੱਕ ਹੈ ਕੋਈ ਸ਼ਾਇਦ ਕਿਸੇ ਦੇ ਕੰਮ ਆਵੇਗਾ ਨਹੀਂ ਸੋ ਸ਼ਹੀਦਾਂ ਤੋਂ ਬਿਨਾਂ ਸਾਡਾ ਕੰਮ ਅਧੂਰਾ ਹੈ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਨੂੰ ਯਾਦ ਕਰਨ ਲੱਗੇ ਹਾਂ ਕਿਉਂਕਿ 23 ਮਾਰਚ ਆਉਣ ਵਾਲਾ 23 ਮਾਰਚ ਸੰਨ 1931 ਜਦੋਂ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਨੂੰ ਫਾਂਸੀ ਸਜ਼ਾ ਹੋ ਜਾਂਦੀ ਹੈ ਤਾਂ ਹੁਣ ਹੀ ਜਾਣੀ ਕਿ ਮੌਤ ਅੱਖਾਂ ਸਾਹਮਣੇ ਖੜੀ ਡਰਾਵੇ ਦਿੰਦੀ ਹੈ ਕਹਿੰਦੀ ਮਾਂ ਦੇ ਆ ਸੂਰਮੇ ਐਡਾ ਬਣਨਾ ਹੰਕਾਰੀ ਤੂੰ ਵੀ ਮੇਰੇ ਮੂਹਰੇ ਝੁਕੇ ਦੁਨੀਆ ਮੇਰਾ ਬਣਨਾ ਵਪਾਰੀ ਤੇ ਜੋ ਭਗਤ ਸਿੰਘ ਹੋਣੀ ਨੂੰ ਕੀ ਲਲਕਾਰਦਾ ਹੈ ਕਹਿੰਦਾ ਮਾਂ ਦੀ ਇਹ ਹੋਣੀਏ ਨਹੀਂ ਤੂੰ ਤਾਂ ਦੁਨੀਆ ਡਰਾਈ ਹੋਈ ਹੈ ਰਾਤ ਨੂੰ ਬੰਦੇ ਦੇ ਪੱਖੀ 'ਚ ਦਰਦ ਹੋਣ ਲੱਗ ਜਾਵੇ ਬੁਖਾਰ ਵੱਧ ਚੜ ਜਾਵੇ ਭੱਜਿਆ ਜਾਂਦਾ ਡਾਕਟਰ ਕੋਲ ਡਾਕਟਰ ਸਾਹਿਬ ਜੀ ਜਲਦੀ ਦਵਾਈ ਦੇ ਦਿਓ ਕਿਤੇ ਉਹ ਕੰਮ ਨਾ ਹੋ ਜਾਵੇ ਜਿਹੜਾ ਗੁਆਂਢੀਆਂ ਦੇ ਬੁੜੇ ਨਾ ਹੋਇਆ ਬੰਦੇ ਮਰਨ ਤੋਂ ਬੜਾ ਡਰਦੇ ਆ ਪਰ ਉਹਨਾਂ ਸ਼ਹੀਦਾਂ ਨੂੰ ਸਲਾਮ ਜਿਨ੍ਹਾਂ ਨੇ ਸਾਡੀ ਖਾਤਰ ਸਾਡੇ ਦੇਸ਼ ਦੀ ਖਾਤਰ ਫਾਂਸੀ ਦੇ ਰਸਤੇ ਨੇ ਚੁੰਮਿਆ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਦੇ ਨਾਤੇ ਜ਼ੋਰਦਾਰ ਹੋ ਕਈ ਸੂਰਮੇ ਤੋੜ ਕੇ ਦਮੀਏ ਤਾਂ ਮੇਰੇ ਖੋਪਰ ਦਾ ਦੀਵਾ ਬਣਾ ਦੇ ਆ ਜੇ ਜਾਂ ਮੇਰੇ ਸੀਨੇ ਦੀ ਚਰਬੀ ਨੂੰ ਅੱਗ ਲਾ ਕੇ ਇਸ ਮੰਦਰ ਦੀ ਜੋਤ ਜਾਂ ਮੇਰੀਆਂ ਹੱਡੀਆਂ ਪੀਸ ਕੇ ਕਲੀ ਵਾਂਗੂ ਇਸ ਮੰਦਰ ਦੀ ਸਫਾਈ ਕਰਾ ਦੇ ਆ ਜੇ ਜਾਂ ਮੇਰੇ ਖੂਨ ਦੇ ਨਾਲ ਗੋਪਾਲ ਮੇਰੇ ਉੱਚਾ ਇਸ ਦਾ ਸਜਾ ਦੇ ਸਫਰੀ ਜ਼ਿੰਦਗੀ ਦਾ ਜਦੋਂ ਮੁੱਕ ਜਾਣਾ ਇਸ ਤੇ ਪਿਆਰ ਯਸਾ ਉੱਠਣਾ ਨਹੀਂ ਸਫਰੀ ਜ਼ਿੰਦਗੀ ਦਾ ਜਦੋਂ ਮੁੱਕ ਜਾਣਾ ਇਸ ਤੇ ਪਿਆਰ ਯਸਾ ਫਿਰ ਉੱਠਣਾ ਚਿੱਟੀ ਚਾਦਰ ਦੀ ਮਾਰਨੀ ਵੇ ਤੁਰ ਪੈਣਾ ਕਿਸੇ ਨੂੰ ਪੁੱਛਣਾ ਵੇ ਸਾਨੂੰ ਕਿਸੇ ਨੇ ਜਾਂਦਿਆ ਰੋਕਣਾ ਨਹੀਂ ਤੇ ਅਸੀਂ ਕਿਸੇ ਦਾ ਰੋਕਿਆ ਰੁਕਣਾ ਨਹੀਂ ਵੇ ਚਾਰ ਦਿਨ ਮੈਰੀਆਂ ਬਸ ਰਾਮ ਰਾਣੀ ਫਿਰ ਸਾਡਾ ਬਿਨਾ ਇਹਦਾ ਸਾਡੀਆਂ ਗੱਲਾਂ ਜਿਹੜੇ ਦੁਨੀਆ ਆਏ ਦੁਨੀਆਦਾਰੀ ਦੇਖ ਕੇ ਚਲੇ ਗਏ ਲੇਕਿਨ ਉਹਨਾਂ ਸ਼ਹੀਦਾਂ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਊਗਾ ਜਿਨ੍ਹਾਂ ਨੇ ਦੇਸ਼ ਦੇ ਲਈ ਕੌਮ ਦੇ ਲਈ ਆਪਣੀਆਂ ਜਾਨਾਂ ਨੂੰ ਕੁਰਬਾਨ ਦਿੱਤਾ ਸੋ ਉਹਨਾਂ ਦੀ ਕੁਰਬਾਨੀਆਂ ਨੂੰ ਸਲੂਟ ਹੈ 23 ਮਾਰਚ ਉਹ ਦਿਨ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਸਾਡੇ ਲਈ ਉਹ ਕਾਲਾ ਦਿਨ ਸੀ ਸਿੱਖ ਤੁਹਾਡੀ ਲਾ ਦੇ ਜੀ ਸ਼ਹੀਦਾਂ ਦੇ ਜ਼ੁਲਮ ਰੁਕਦਾ ਨਹੀਂ ਸੱਜਣਾ ਵੇ ਜ਼ੁਲਮ ਹੱਲੇ ਜਾਂਦਾ
ਮੰਗਿਆ ਮਿਲਦੇ ਨਹੀਂ ਤਖਤ ਮੱਲੇ ਹੈ ਜਦੇ ਤਖਤ ਮੱਲੇ ਹੈ ਜਦੇ ਤਖਤ ਮੱਲੇ ਹੈ ਜਦੇ ਮੈਂ ਤਖਤ ਮੱਲੇ ਹੈ ਜਦੇ ਬੇਹਿੰਮਤੇ ਹੁੰਦੇ ਓ ਬੇਹਿੰਮਤੇ ਹੁੰਦੇ ਓ ਜੋਸ਼
ਲੜਕੇ ਇੱਕੋ ਹੀ ਸੌਂਪਾਈ ਰਾਜਗੁਰੂ ਸਖਦੇਵ ਖੜੇ ਤੋਂ ਖੱਬੇ ਸੱਜੇ ਭਾਈ ਜਿਹੜਾ